ਨਹੀਂ ਜਿਹੜੇ ਵੈਪਰ ਦੇ ਕੰਨ ਜੀ ਹੁੰਦੇ ਨੇ ਨਾਲ ਦਾ ਮੇਰੇ ਆ ਬੱਜਣਾ ਆ ਬਾਹਰ ਦੁੱਜੀ ਆ। ਗੁਰੂ ਘਰ ਦੀ ਕਮੇਟੀ ਨੂੰ ਲੈ ਕੇ ਦੋ ਧੜਿਆਂ ਦੇ ਵਿੱਚ ਕਸਮ ਮੁੱਕੇ ਚੱਲੇ, ਜਿਸ ਤੋਂ ਬਾਅਦ ਗਾਲੀ ਗਲੋਚ ਕੀਤਾ ਗਿਆ ਔਰ ਇੱਥੇ ਸ਼ਰੇਆਮ ਗੁਰੂ ਮਰਿਆਦਾ ਦੀ ਉਲੰਘਣਾ ਕੀਤੀ ਗਈ। ਦੋ ਧੜਿਆਂ ਦੇ ਵਿੱਚ ਇੱਥੇ ਲੜਾਈ ਹੋਈ ਹੈ। ਪ੍ਰਧਾਨਗੀ ਨੂੰ ਲੈ ਕੇ ਇੱਕ ਦੂਜੇ ਦੇ ਗੰਭੀਰ ਇਲਜ਼ਾਮ ਲਗਾਏ ਨੇ ਔਰ ਇੱਕ ਦੂਜੇ ਤੇ ਧਾਵਾ ਬੋਲਿਆ ਗਿਆ। ਮਾਛੀਵਾੜਾ ਦੇ ਪਿੰਡ ਤੱਖਰਾ ਖੋਖਰਾ ਦਾ ਇਹ ਪੂਰਾ ਮਾਮਲਾ ਹੈ। ਇਸ ਪਿੰਡ ਦੇ ਵਿੱਚ ਦੰਗਲ ਮੇਲਾ ਕਰਵਾਇਆ ਜਾਂਦਾ ਹੈ ਔਰ ਉਸੇ ਨੂੰ ਲੈ ਕੇ ਗੁਰੂ ਘਰ ਦੇ ਵਿੱਚ ਬੈਠਕ ਰੱਖੀ ਗਈ। ਉੱਥੇ ਮੌਜੂਦ ਪਿੰਡ ਦੇ ਇੱਕ ਵਿਅਕਤੀ ਮੇਜਰ ਸਿੰਘ ਨੇ ਕਿਹਾ ਕਿ ਪ੍ਰਬੰਧਕ ਕਮੇਟੀ ਦੇ ਵਿੱਚ ਰੱਦੋ ਬਦਲ ਕੀਤਾ ਜਾਵੇ, ਜਿਸ ਨੂੰ ਲੈ ਕੇ ਗੁਰੂ ਘਰ ਦੀ ਇਮਾਰਤ ਦੇ ਅੰਦਰ ਹੀ ਜ਼ੋਰਦਾਰ ਹੰਗਾਮਾ ਹੋ ਗਿਆ। ਦੋਵਾਂ ਧਿਰਾਂ ਨੇ ਇੱਕ ਦੂਜੇ ਤੇ ਹਮਲਾ ਕੀਤਾ ਔਰ ਇੱਕ ਦੂਜੇ ਤੇ ਡੰਡੇ ਵਰਸਾਏ ਨੇ। ਮੇਜਰ ਸਿੰਘ ਨੇ ਮਾਛੀਵਾੜਾ ਪੁਲਿਸ ਥਾਣਾ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ। ਗੁਰਦੁਆਰਾ ਸਾਹਿਬ ਦੀ ਇਮਾਰਤ ਅੰਦਰ ਦੰਗਲ ਪ੍ਰਬੰਧਕ ਕਮੇਟੀ ਦੀ ਚੋਣ ਮੀਟਿੰਗ ਚੱਲ ਰਹੀ ਸੀ, ਜਿਸ ਦੇ ਵਿੱਚ ਉਸਨੇ ਮੰਗ ਕੀਤੀ ਕਿ ਕਮੇਟੀ ਦਾ ਮੁਖੀ ਬਦਲਿਆ ਜਾਵੇ ਤੇ ਦੂਜੀ ਧਿਰ ਦੇ ਵੱਲੋਂ ਉਸ ਤੇ ਹਮਲਾ ਕੀਤਾ ਗਿਆ ਅਤੇ ਗੁਰਦੁਆਰਾ ਸਾਹਿਬ ਅੰਦਰ ਕੁੱਟਮਾਰ ਕਰਦਿਆਂ ਗਾਲੀ ਗਲੋਚ ਕੀਤਾ ਗਿਆ। ਸ਼ਿਕਾਇਤਕਰਤਾ ਮੇਜਰ ਸਿੰਘ ਨੇ ਪੰਜ ਵਿਅਕਤੀਆਂ ਖਿਲਾਫ ਸ਼ਿਕਾਇਤ ਦਰਜ ਕਰਵਾਈ ਕਿ ਇਹਨਾਂ ਨੇ ਗੁਰੂ ਘਰ ਦੇ ਵਿੱਚ ਮੇਰੀ ਕੁੱਟਮਾਰ ਕੀਤੀ ਅਤੇ ਗੁਰੂ ਮਰਿਆਦਾ ਵੀ ਭੰਗ ਕੀਤੀ। ਦੂਜੇ ਪਾਸੇ ਦੰਗਲ ਕਮੇਟੀ ਦੇ ਪ੍ਰਧਾਨ ਦੇ ਲੜਕੇ ਗੁਰਤੇਜ ਸਿੰਘ ਨੇ ਦੱਸਿਆ ਕਿ ਇੱਥੇ ਚੋਣ ਚੱਲ ਰਹੀ ਸੀ ਤੇ ਮੇਜਰ ਸਿੰਘ ਨੇ ਉਸਦੇ ਪਿਤਾ ਦੀ ਸ਼ਾਨ ਖਿਲਾਫ ਅਪਸ਼ਬਦ ਬੋਲੇ, ਜਿਸ ਤੋਂ ਬਾਅਦ ਕੰਮ ਵੱਧ ਗਿਆ। ਇੱਕ ਦੂਜੇ ਤੇ ਗੁਰੂ ਘਰ ਦੇ ਵਿੱਚ ਹੀ ਡੰਡੇ ਵਰਸਾਏ ਗਏ ਨੇ। ਗੁਰੂ ਘਰ 'ਚ ਅੱਜ ਕੀ ਗੱਲ ਹੋਈ ਇੱਥੇ ਅੱਜ ਕੀ ਸ਼ੁਰੂ ਕੀ ਮੀਟਿੰਗ ਕਰਦੇ ਹੋ? ਦੇਖੋ ਸਾਨੂੰ ਤਾਂ ਪਹਿਲਾਂ ਪਤਾ ਵੀ ਨਹੀਂ ਸੀਗਾ ਵੀ ਕੀ ਗੱਲ ਬਾਰੇ ਇਕੱਠ ਹੋਇਆ ਕਾਹਦਾ ਇਕੱਠ ਹੋਇਆ। ਸਾਨੂੰ ਤਾਂ ਜਦੋਂ ਇੱਥੇ ਇਕੱਠੇ ਹੋਏ ਨੇ ਤਾਂ ਪਤਾ ਲੱਗਿਆ ਵੀ ਹਾਂ ਭਾਈ ਅੱਜ ਕਹਿੰਦੇ ਨੇ ਵੀ ਕਮੇਟੀ ਦੀ ਚੋਣੀ ਆ ਨਾ ਕਮੇਟੀ ਚੋਣੀ ਆ। ਅੱਛਾ ਜੀ, ਮੇਲਾ ਕਮੇਟੀ ਮੇਲਾ ਕਮੇਟੀ ਮੇਲਾ ਕਮੇਟੀ ਚੋਣ ਦੌਰਾਨ ਕੀ ਕੀ ਗੱਲ ਤੁਸੀਂ ਇੱਥੇ ਮੌਜੂਦ ਸੀ, ਕੀ ਹੋਇਆ ਕੀ ਇੱਥੇ ਜੀ? ਇੱਥੇ ਅਸਲ ਦੇ ਵਿੱਚ ਤਾਂ ਉਹ ਬੰਦਾ ਜਿਹੜਾ ਸੀਗਾ ਜੀ ਉਹ ਮੇਜਰ ਉਹ ਕਹਿੰਦਾ ਵੀ ਆਪਾਂ ਜਿਹੜਾ ਹੈਗਾ ਇਹ ਜਿਹੜਾ ਗੱਡੀ ਦਾ ਇੰਜਣ ਆ ਨਾ ਆਪਾਂ ਨੇ ਇੰਜਣ ਬਦਲਣਾ। ਉਹਨੇ ਕਈ ਵਾਰ ਨਾ ਕਿਹਾ ਵੀ ਹਾਂ ਆਪਾਂ ਨੇ ਇੰਜਣ ਬਦਲਣਾ ਅਤੇ ਉਹ ਬੰਦਾ ਠੀਕ ਨਹੀਂ ਹੈਗਾ। ਕਮੇਟੀ ਸਾਰੀ ਨਾਲ ਆ ਜੀ। ਫਿਰ ਹਮਲਾ ਕਿਹਨੇ ਕੀਤਾ ਜੀ? ਪਹਿਲਾਂ ਕੁੱਟਮਾਰ ਕਿਹਨੇ ਸ਼ੁਰੂ ਕੀਤੀ ਹੈ ਜੀ? ਦੇਖੋ ਕੁੱਟਮਾਰ ਤਾਂ ਪਹਿਲਾਂ ਬੋਲਿਆ ਤਾਂ ਉਹੀ ਹੈ। ਅੱਛਾ ਜੀ, ਡੰਡਾ ਚੱਕਣ ਭੱਜਿਆ ਜੀ ਜਿਹੜੇ ਗੁਰੂ ਘਰ ਦੇ ਵਿੱਚ ਅੱਜ ਹੋਇਆ ਜੀ, ਇਹ ਚੰਗਾ ਹੋਇਆ ਮਤਲਬ ਬਾਕੀ ਉੱਠ ਕੇ ਉੱਥੇ ਜਾ ਕੇ ਬੋਲਿਆ ਇੱਥੇ ਮਗਰ ਪਿੱਛੇ ਜਾ ਗਿਆ ਜੀ। ਕੀ ਹੋਇਆ ਫਿਰ ਤੋਂ ਬਾਅਦ ਕੁੱਟਮਾਰ ਸ਼ੁਰੂ ਹੋ ਗਈ ਜੀ? ਕੁੱਟਮਾਰ ਤਾਂ ਬਸ ਵਿੱਚ ਮਾੜੀ ਮੋਟੀ ਹੋਈ ਹੈ, ਐਡੀ ਔਖਾ ਕੁੱਟਮਾਰ ਜ਼ਿਆਦਾ ਵੀ ਨਹੀਂ ਹੋਈ ਹੈਗੀ। ਬਾਕੀ ਅਸੀਂ ਤਾਂ ਕੋਲ ਗਏ ਵੀ ਨਹੀਂ ਹੈਗੇ ਵੀ ਕੀ ਹੋਇਆ ਕੀ ਨਹੀਂ ਉਹਦੇ, ਹੈ ਜੀ। ਅਸੀਂ ਤਾਂ ਤੂੰ ਵਾਰ ਮੈਂ ਤਾਂ ਇੱਥੇ ਰਹੇ ਹਾਂ, ਹੈ ਜੀ। ਬਾਕੀ ਮੈਂ ਤਾਂ ਹਾਰਟ ਦਾ ਮਰੀਜ਼ ਹਾਂ, ਮੈਂ ਤਾਂ ਇਸ ਦੇ ਰੌਲੇ ਦੇ ਵਿੱਚ ਜਾਂਦਾ ਹੀ ਸੀਗਾ। ਗੱਲ ਚੱਲ ਰਹੀ ਸੀ ਵੀ ਪ੍ਰਧਾਨ ਬਦਲੋ ਜਾਂ ਕੁਛ ਯੰਗ ਮੁੰਡਿਆਂ ਨੂੰ ਅੱਗੇ ਲੈ ਆਓ, ਇਹਦਾ ਵਿਸਤਾਰ ਕਰਕੇ ਹੋਰ ਮੈਂਬਰ ਵਿੱਚ ਪਾ ਲਓ। ਸਵੇਰੇ ਪਹਿਲਾਂ ਸਾਡੀ ਪਹਿਲਾਂ ਵੀ ਗੱਲ ਹੋਈ ਹੈ, ਚਲੋ ਇੱਥੇ ਮੀਟਿੰਗ ਸੱਦ ਲਈ ਅਤੇ ਸਹਿਮਤੀ ਬਣ ਗਈ, ਪੇਪਰ ਲੈਣ ਚਲੇ ਗਈ ਵੀ ਆਪਾਂ ਮਤਾ ਪਾ ਦਿੰਦੇ ਹਾਂ। ਉਸ ਤੋਂ ਬਾਅਦ ਨੰਬਰਦਾਰ ਨੇ ਇਹ ਗੱਲ ਕਹੀ ਵੀ ਇਸ ਵਾਰ ਤੁਸੀਂ ਐਂ ਕਰੋ, ਇੰਜਣ ਪਿੱਛੇ ਕਰ ਦਿਉ, ਡੱਬਾ ਇੰਜਣ ਹੋਰ ਲਾ ਦਿਉ, ਇੰਜਣ ਨੂੰ ਡੱਬਾ ਬਣਾ ਦਿਉ। ਉਹ ਇੰਜਣ ਸ਼ਬਦ ਦੇ ਉੱਤੇ ਇਤਰਾਜ਼ ਹੋਣ ਕਰਕੇ ਹੀ ਮੈਟਰ ਮਤਲਬ ਉਲਝ ਗਿਆ, ਹੱਥੋਂ ਪਾਈ ਹੋ ਗਈ ਕੁੱਟਮਾਰ। ਦੋਵਾਂ ਤਰ੍ਹਾਂ ਆਪਸ ਕੁੱਟਮਾਰ ਹੋਈ ਹੈ ਜੀ? ਦੋਵਾਂ ਤਰ੍ਹਾਂ ਦੀ। ਉੱਥੇ ਜਿਹੜਾ ਜਿਹਦੀ ਕੁੱਟਮਾਰ ਸ਼ਿਕਾਇਤ ਦਿੱਤੀ ਆ ਉਹਦਾ ਨਾਂ ਕੀ ਹੈ ਜਿਹੜਾ ਉੱਥੇ ਜਿਹੜਾ ਸ਼ਿਕਾਇਤ ਦਿੱਤੀ ਉਹਨਾਂ? ਮੇਜਰ ਸਿੰਘ ਸਨ ਆਫ ਸਾਧੂ ਸਿੰਘ। ਅੱਛਾ, ਇਹ ਬੰਦਰ ਕਮੇਟੀ ਜਿਹੜੀ ਪ੍ਰਬੰਧਕ ਕਮੇਟੀ ਦੀ ਦੰਗਲ ਕਮੇਟੀ ਦੇ ਰੋਲੇ ਪਿੱਛੇ ਚੋਣ ਪਿੱਛੇ ਰੋਲਾ ਹੋਇਆ ਸਾਰਾ ਇਹ? ਹਾਂਜੀ, ਤੱਖਰਾਂ ਖੋਖਰਾਂ ਪਿੰਡ ਦਾ ਇਹ ਕੋਈ ਦੰਗਲ ਕਮੇਟੀ ਜਿਹੜੀ ਬਣੀ ਹੋਈ ਉਹਦੇ ਸੰਬੰਧੀ ਮਤਲਬ ਬੈਠੇ ਸੀ ਬੰਦੇ, ਜਿਹੜਾ ਮਤਲਬ ਹੈਗਾ ਮੇਜਰ ਸਿੰਘ ਪੁੱਤਰ ਸਾਧੂ ਸਿੰਘ ਇਹ ਕਮੇਟੀ ਦਾ ਦੱਸ ਰਹੇ ਵੀ ਮੈਂਬਰ ਵੀ ਨਹੀਂ ਹੈ ਅਤੇ ਜਿਹਨੇ ਮਤਲਬ ਇਹਨਾਂ ਨੂੰ ਕੋਈ ਇਤਰਾਜ਼ਯੋਗ ਸ਼ਬਦ ਬੋਲਤਾ
ਅਤੇ ਜਿਹੜਾ ਇੰਜਣ ਹੈ ਕਮੇਟੀ ਦਾ ਅਤੇ ਉਹ ਬਦਲਣਾ, ਜਿਸ 'ਚੋਂ ਇਸ ਗੱਲ ਕਰਕੇ ਇਹਨਾਂ ਦੀ ਲੜਾਈ ਹੋਈ। ਅਤੇ ਹੁਣ ਦੋਨਾਂ ਧਿਰਾਂ ਨੂੰ ਟਾਈਮ ਦਿੱਤਾ ਥਾਣੇ ਦਾ ਜੀ, ਬਾਕੀ ਵੀ ਉਹੀ ਜੀ ਮਤਲਬ ਕਾਰ ਵੀ ਉਹ ਲੈ ਲਈ। ਸ਼ਿਕਾਇਤ ਕਿਹਦੀ ਵੱਲੋਂ ਆਈ ਹੈ ਤੁਹਾਡੇ ਕੋਲ ਜੀ? ਸ਼ਿਕਾਇਤ ਮੇਜਰ ਸਿੰਘ ਵੱਲੋਂ ਆਈ, ਮੈਨੂੰ ਕੁੱਟਮਾਰ ਕੀਤੀ ਮੈਂ ਕੁੱਟਮਾਰ ਦੋਨੋਂ ਪੜਤਾਲ ਤੋਂ ਬਾਅਦ ਜੋ ਵੀ ਹਾਂ ਪੜਤਾਲ ਤੋਂ ਬਾਅਦ ਜੋ ਵੀ ਕਾਰਵਾਈ ਸਾਹਮਣੇ ਆਈ ਕਾਰਵਾਈ ਕੀਤੀ ਜਾਊਗੀ।